जाना है स्कूल भाई पानी में फिर आया है भाई ऐसा तई आ गया गुड़ू दी चौथी गुड़ू की है गया साधु कट ला फट नई जर्नी अज है अपना हा चौथा ब्लॉग आई थिंक अज आप स्टार्ट कर रहे ब्लॉग इथो पग पुग बन हमेशा मंगू सारे जने अज फिर लेट अठ साढ़े अठ चले सारे जने फिर इतने कोई नहीं पहुँचता यार टाइम ना कोई नहीं पहुँचता दो जने मिले थे गुरु के हम गोरी ने चले गए विकास फिर लेट तो हम इतने गुरशाह चकना खुरना है बंदा उन्होंने चक्का फिर चलेंगे अपने स्कूलों फिर पेपर के बाद फिर थोड़ू दसा कि रिजल्ट रहा हम मनजोत मनजोत मेरे ख्याल इधर ही आऊ देखते हैं कि मिलते मिलने हाँ भाई मंगता हूँ जिंदगी बाल वेख बना ढोली बने फिर इधर पग बननी पैंदी है यार दून वाले औखा प्रिंसिपल कुटन वाला पेपर क्यों किता है फिजिक्स का ओला ना पूछा था चंगा वीर चला भी बढ़िया तन्ने ने वो खड़े देखो और भी जन कर जो मोबाइल आना का और भी जन कर रहे आ खड़ा भाई जा रहा ओ की करना जाके इतने सब असेंबली सुन दे कहते यार ओए स्कूल भी चल रही है अंदर ऐसे सुन रहे हैं की कही ना प्रिंसिपल सर ओए तू बाल ही बहुत लगे ना के ओए
ਬਾਈ ਸੌਰੀ ਗਲਤੀ ਹੋਈ ਆ ਖੋਲ ਲੈਂਦੇ ਆ ਗਾਲ ਬਹੁਣ ਲੱਗ ਜਾਂਦੇ ਨੇ ਸਹੀ ਗੱਲ ਆ ਲਵ ਯੂ ਆਵੇਲੇ ਤੁਹਾਨੂੰ ਭਾਈ ਉਹ ਵੇਖੋ ਭਾਈ ਫੈਨ ਫੈਨ ਫੋਲੋਇੰਗ ਆ ਪਾ ਫੈਨਸ ਚੰਗਾ ਮੇਰੇ ਫੈਨ ਮੈਂ ਲੈ ਤੁਹਾਨੂੰ ਕਿੱਥੋਂ ਆ ਕੇ ਸਕੂਲੋਂ ਆ ਕੇ ਪੇਪਰ ਦੇ ਕੇ ਫੈਨ ਤੋਂ ਆ ਡਾਕਟਰ ਜੀ ਬੈਠਾ ਹੋਏ ਤੇਰੀ ਬਣਾ ਯਾਰ ਉਧਰ ਦੁਕਾਨ ਤੇ ਹੋਏ ਗਰਵਾਜ चश्मा कैसे लगे डॉक्टर साहब उत्तर पसंद करते हैं थोड़ा एंटरटेन ही होता हमको अब जब यार भाई जब अपना चैनल बनना है तो ठीक करके काम होना उसमें चैनल ताकि लोग लाइक करें ते सब्सक्राइब करें लाइक करो फॉलो करो फॉलो करो लाइक करो फॉलो करो कोई बात थोड़ा लगे बाल तो फिर है मेरे हिन्ने रोली जाता थोड़े लग रहे भाई अंदर गुलचे ने बैठे बटन तो कड़क लाई थी यो यो बोल किधर पहन होगा की हुआ ਕੋਹ ਤੋਂ ਤੋ ਦੱਸ ਕਿਹਦੇ ਨਾਲ ਕਿ ਆ ਕਿਹੜੇ ਪਾਸ ਕਟਾਇਆ ਕੋਹ ਨਹੀਂ ਬਾਈ ਮੈਂ ਉਸ ਹਿਸਾਬ ਨਾਲ ਕਟਾਇਆ ਕਿਹੜੇ ਵੀ ਖੜੇ ਵਾਲੇ ਕਿਹੜੇ ਖੜੇ ਵਾਲੇ ਖੜੇ ਵਾਲੇ ਪਾਸ ਕਟਾਇਆ ਇਹਨਾਂ ਵੇ ਖੜੇ ਵਾਲੇ ਪਾਸ ਕਨਾਏ ਹਾਂ ਮੈਂ ਜਿੰਨੋ ਹੀ ਜ਼ਿਆਦਾ ਫਰੀ ਵੇਖ ਲਿਓ ਐ ਚਲੋ ਬੜੀਆ ਯਾ ਤੋਂ ਲੱਗ ਰਿਹਾ ਸੋਹਣਾ ਲੱਗ ਰਿਹਾ ਦੇਖੋ ਪਿੱਛੇ ਨੂੰ ਪਿੱਛੇ ਨੂੰ ਚਲੀਏ ਫਿਰ ਇੱਕ ਰੁਪਿਆ ਤੱਕ ਛੱਡ ਲੈ ਕੰਮ ਮੇਰੇ ਬੱਟੇ ਮੈਂ ਵੀ ਆਪਣੇ ਕੰਮ ਬਣਾ ਲਈ ਮੇਰੇ ਬੱਟੇ ਲੱਗ ਰਿਹਾ ਨਹੀਂ ਨਹੀਂ ਉਹ ਨਹੀਂ ਕਰਦੇ ਸਿਰਾ ਲੱਗ ਰਿਹਾ ਆਈ ਥਿੰਕ ਚੌਥਾ ਵਲੌਗ ਅਤੇ ਆਪਾਂ ਇੱਥੇ ਆ ਐਂਡ ਕਰਦੇ ਹਾਂ ਅਤੇ ਗੋਲੂ ਬਾਰੇ ਆਪਾਂ ਅਸੀਂ ਸਟਾਰਟਿੰਗ ਅਸੀਂ ਵਲੌਗ ਸਟਾਰਟਿੰਗ 'ਚ ਕਹੀ ਜਾਂਦੇ ਸੀਗੇ ਕਿ ਗੋਲੂ ਚੌਥੀ ਜਾਂ ਤੀਜੀ ਦਾ ਇੰਦਰ ਵੀ ਕਹੀ ਜਾਂਦਾ ਸੀਗਾ ਉਹ ਬਾਈ ਸਾਹਿਬ ਮਜ਼ਾਕ ਕਰਦੇ ਸੀਗੇ ਉਹ ਹੈਗਾ 9ਵੀਂ ਕਲਾਸ 'ਚ ਅਤੇ ਉਹ ਸਭ ਮਜ਼ਾਕ ਕਰੀ ਜਾਂਦੇ ਸੀ ਅਤੇ ਮਜ਼ਾਕ ਤੁਹਾਨੂੰ ਪਤਾ ਹੀ ਚੱਲਦਾ ਹੀ ਰਹਿੰਦਾ ਹੁੰਦਾ ਅਤੇ ਪੇਪਰ ਦੇ ਬਾਅਦ ਦੱਸਿਆ ਨਹੀਂ ਕਿ ਕਿਉਂ ਜਾ ਰਿਜ਼ਲਟ ਪੇਪਰ ਵਧੀਆ ਗਿਆ ਸਭ ਦੇ ਮੈਂ ਪੁੱਛਿਆ ਸੀ ਸਭ ਤੋਂ ਸਭ ਦਾ ਸਹੀ ਗਿਆ ਇੰਨਾ ਵਧੀਆ ਖਾਸ ਵੀ ਨਹੀਂ ਗਿਆ ਹਾਰਡ ਸੀਗਾ ਕਾਫੀ ਹਾਰਡ ਸੀਗਾ ਪੇਪਰ ਅਤੇ ਵਧੀਆ ਗਿਆ ਓਵਰਆਲ ਅਤੇ ਓਵਰਆਲ ਅਗਰ ਤੁਹਾਨੂੰ ਅਗਰ ਆਹ ਵਲੌਗ ਵਧੀਆ ਲੱਗਿਆ ਹੋਵੇ ਇਹ ਥੋੜ੍ਹਾ ਸ਼ੋਰਟ ਵਧੀਆ ਨਹੀਂ ਬਣਿਆ ਮੇਰੇ ਖਿਆਲ ਨਾਲ ਇੰਨਾ ਸੋਹਣਾ ਨਹੀਂ ਬਣਿਆ ਅਤੇ ਅਗਰ ਆ ਤੁਹਾਨੂੰ ਅਗਰ ਫਿਰ ਵੀ ਵਧੀਆ ਲੱਗਿਆ ਹੋਵੇ ਸਬਸਕ੍ਰਾਈਬ ਕਮੈਂਟ ਸ਼ੇਅਰ ਸਭ ਕੁਛ ਕਰ ਦਿਓ ਬਾਕੀ ਤੁਹਾਡੀ ਮਰਜ਼ੀ ਅਗਰ ਤੁਹਾਨੂੰ ਵਧੀਆ ਲੱਗਿਆ ਕਰ ਦਿਓ ਨਹੀਂ ਤਾਂ ਕੋਈ ਚੱਕਰ ਹੀ ਨਹੀਂ ਚੰਗਾ ਜੀ ਮਿਲਦੇ ਅਗਲੇ ਵਲੌਗ